हेलो जी, सत श्री सत अकाल। स्वागत है तुहाडे साडे चैनल नूसर्स दे रिएक्शन ते, जिथे मम्मा और मैं मिलके डेली कोई ना कोई नए टॉपिक ते वीडियो लेके आने हैं तुहाडे लई। कदी इमोशनल, कदी ड्रामास, कदी कॉमेडी, कदी कुछ ते कदी कुछ। असी बहुत सारे पंजाबी स्टेज ड्रामास दी वीडियोस पाई है और तुसी जो प्यार दे रहे हो, रोटी खोल दिया करो, कुछ ना कहो और भी रब्बा इश्क ना होए चलाक तोते, बहुत सारे ड्रामास असी पाए हैं उन्होंने पार्ट्स। और ਤੁਸੀਂ ਇਹਨਾਂ ਔਰ ਜੋ ਲਾਈਕ ਕਰੋ ਫੀਕਾ ਇਨ ਅਮਰੀਕਾ, ਉਹ ਵੀ ਬਹੁਤ ਲਾਈਕ ਕੀਤਾ ਸੀ ਲੋਕਾਂ ਨੇ। ਅੱਜ ਅਸੀਂ ਜੋ ਲੈ ਕੇ ਆਇਆ ਉਹ ਵੀ ਹੈ ਸੋਹੇਲ ਅਹਿਮਦ ਔਰ ਇਫਤਿਕਾਰ ਠਾਕੁਰ ਸਖਾਵਤ ਨਾਲ ਜੀ ਦਾ ਹੌਟ ਪੌਟ ਪੰਜਾਬੀ ਸਟੇਜ ਡਰਾਮਾ, ਔਰ ਇਹਦਾ ਅਸੀਂ ਪਾਰਟ 1 ਅੱਜ ਸ਼ੇਅਰ ਕਰ ਰਹੇ ਹਾਂ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਅਸੀਂ ਇਹਦੇ ਬਾਕੀ ਪਾਰਟਸ ਵੀ ਜਲਦੀ ਲੈ ਕੇ ਆਵਾਂਗੇ। ਚਲੋ ਬਿਨਾਂ ਦੇਰ ਕੀਤੇ ਫਟਾਫਟ ਦੇਖਦੇ ਹਾਂ ਇਹ ਵੀਡੀਓ। ਅਗਰ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਇੰਤਜ਼ਾਰ ਕਿਸ ਗੱਲ ਦਾ ਹੈ, ਫਟਾਫਟ ਸਬਸਕ੍ਰਾਈਬ। ਵਰਨਾ ਜਿਹੜੇ ਡਾਕਟਰ ਦਾ ਤੈਨੂੰ ਰਿਸ਼ਤਾ ਆਇਆ ਸੀ ਉਹ ਵਿਚਾਰਾ ਆਪਣੀ ਦਵਾਈ ਲੈਣ ਜਾਂਦਾ। ਪਾਇਲਟ ਦਾ ਰਿਸ਼ਤਾ ਆਇਆ, ਆ ਹੁਣ ਆ ਪਾਇਲਟ ਨਾਲ ਸੀ ਨਸੀਬ ਤੇਰੇ, ਆ ਜਹਾਜ਼ ਪੈ ਗਿਆ ਚਾਚਾ। ਵੱਡੇ ਅਫਸਰ ਦਾ ਆਇਆ ਰਿਸ਼ਤਾ, ਵੱਡਾ ਵੀ ਅਫਸਰ ਹੁੰਦਾ ਮਾਸੀ ਤੇਰੇ ਅੱਗੇ ਛੋਟਾ ਹੀ ਹੋ ਜਾਣਾ ਸੀ। ਕਿਉਂ ਉਹ ਆਪਣਾ ਭਾਰਤ ਵੇਖ, ਡਬਲ ਭਾਰਤੀ ਹੈਗੀ ਹੈ ਮਾਸੀ। ਡਬਲ ਭਾਰਤ ਬਕਵਾਸ ਨਾ ਕਰ, ਮੇਰੇ ਨਸੀਬ ਕਿੱਥੇ ਫੁੱਟੇ ਆ ਕੇ ਆ ਤੇਰੇ ਖਾਲੂ ਕਲਰਕ ਦੇ ਨਾਲ। ਕਲਰਕ ਦੇ ਨਾਲ ਮੇਰੇ ਤੇ ਦਿਲੋਂ ਪੁੱਤਰ ਹਵਾ ਨਿਕਲਦੀਆਂ ਨੇ, ਮੈਂ ਤੇ ਇਹੀ ਕਹਿੰਨੀ ਆ ਯਾ ਅੱਲਾਹ ਮੈਨੂੰ ਚੁੱਕ ਲੈ। ਓਏ ਆਮੀ ਆਮੀ, ਬੰਦਿਆਂ ਦੀ ਇੱਕ ਕੋਈ ਹੈ ਨਹੀਂ। ਮੈਂ ਤੇ ਆਨਾ ਸਾਰੇ ਰਲ ਕੇ ਦੁਆ ਕਰਨੇ ਆ ਸ਼ਾਇਦ ਕਬੂਲ ਹੋ ਜਾਵੇ। ਆ ਦੇਖੀਏ, ਪਰ ਮੈਨੂੰ ਨਹੀਂ ਲੱਗਦਾ ਇਹ ਦੁਆ ਕਬੂਲ ਹੋਵੇ। ਕਿਉਂ? ਇੱਥੇ ਤੂੰ ਮੇਰੀ ਜ਼ਿੰਦਗੀ ਆਰਾਮ ਕੀਤੀ ਹੈ, ਉੱਥੇ ਤੂੰ ਜਾ ਕੇ ਫਰਿਸ਼ਤਿਆਂ ਨੂੰ ਵੀ ਚਾਹ ਮੰਗ ਲੈ। ਪਰ ਵੀ ਆ ਦੀ ਦੁਆ ਸੀ ਗੱਲੀ ਨਾਲ ਨੂਰ ਪੀਰ ਨਾਲ ਲੜਾਈ ਪਾ ਕੇ ਬੈ ਜਾਂਦੀ ਹੈ, ਇਹ ਜਵਾਨੀ ਦੀ ਨਿੱਕੀ ਜਿਹੀ ਗਲਤੀ ਦੀ ਵੀਡੀ ਵੀਡੀ ਸਜ਼ਾ ਨਾ। ਹੋਰ ਐਡੀ ਵੱਡੀ ਸਜ਼ਾ, ਪਟੋਲੇ ਵਰਗੀ, ਸਭ ਪਟੋਲੇ ਵਰਗੀ। ਆ ਨਹੀਂ 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 ਨਹੀਂ, ਇਸ ਗੱਲੋਂ ਸੱਚੀ ਹੈ। ਅੱਛਾ ਹੈ ਪਟੋਲੇ ਵਰਗੀ, ਮੈਂ ਇਹਨਾਂ ਨਿੱਕੀ ਜਿਹੀ ਸੋਹਣੀ ਜਿਹੀ ਗੁੱਡੀ ਮੈਂ ਐਂ ਕਰਕੇ ਚੁੱਕੀ ਸੀ। ਓਏ ਹੋਰ ਮਾਸਟਰ ਵਿਚਾਰਾ, ਅੱਲਾ ਰਹਿਮ ਕਰੇ, ਪਹਿਲੀ ਡੋਲੀ ਬੰਦਿਆਂ ਕੋਲ ਚੁੱਕੀ ਨਹੀਂ ਗਈ, ਮੁੜ ਤੱਲੇ ਟਾਇਰ ਲਾਏ ਅੱਗੇ ਖੋਤਾ ਬਣਿਆ। ਅੱਛਾ ਇਹਦਾ ਮਤਲਬ ਹੈ ਚਾਚਾ ਤੂੰ ਉਸ ਦਿਨ ਡੋਲੀ ਦੇ ਅੱਗੇ ਸੈਂ। ਨਹੀਂ ਲਾੜਾ ਡੋਲੀ ਤੋਂ ਅੱਗੇ ਹੀ ਹੁੰਦਾ ਹੈ। ਆਖਰੀ ਗੱਲ ਪਹਿਲੇ ਕਰਿਆ ਕਰ, ਮੈਂ ਸਮਝਿਆ ਮੈਨੂੰ ਖੋਤਾ ਪਿਆ। ਨਹੀਂ ਨਹੀਂ ਖੋਤਾ ਤਾਂ ਸਿਹਤਮੰਦ ਹੁੰਦਾ ਹੈ। ਯਾ ਅੱਲਾ ਇਹ ਹੈ ਕੌਣ, ਹਰ ਵੇਲੇ ਸਾਡੇ ਘਰ ਵੜਿਆ ਰਹਿੰਦਾ। ਮੇਰੀ ਭੈਣ ਦਾ ਪੁੱਤਰ, ਤੇਰੀ ਭੈਣ, ਮੈਂ ਸਮਝਿਆ ਗਾਲ ਕੱਢਣ ਲੱਗੀ। ਤੇਰੀ ਭੈਣ ਦਾ ਬੱਚਾ ਤੇ ਆਪਣੇ ਘਰ ਮਰੇ, ਮਰੇ ਇਹਦੀ ਵਜ੍ਹਾ ਤੋਂ ਮੇਰਾ ਬੱਚਾ ਵੀ ਖਰਾਬ ਹੋ ਗਿਆ। ਮੈਂ ਕੀ ਤੇਰੇ ਬੱਚੇ ਦੀ ਮੋਰੀਆਂ ਕਰਤੀਆਂ? ਬਕਵਾਸ ਨਹੀਂ ਕੀਤੀ ਕਰ, ਖਰਾਬ ਹੋ ਗਿਆ। ਚਲ ਭਲਾ ਫਿਰ ਅੰਡੇ ਆਈ ਚੰਗਾ ਭਲਾ, 24 ਘੰਟੇ ਦਾ ਬਕਵਾਸ ਹੀ ਹੈ, ਨਕਾਮ ਨਕਾਜ, ਬਸ ਰੋਟੀਆਂ ਪਾੜਨੀਆਂ ਹੁੰਦੀਆਂ ਤੁਸੀਂ। ਅੱਲਾ ਜਾਣਦਾ ਬਚਪਨ ਦੇ ਵਿੱਚ ਮੈਂ ਸੋਚਦਾ ਸਾਂ ਕਿ ਮੈਂ ਵੱਡਾ ਹੋਵਾਂਗਾ ਤੇ ਬਾਹਰ ਜਾਵਾਂ। ਤਾਂ ਹੁਣ ਬਾਹਰ ਚਲੇ ਜਾਓ, ਹੁਣ ਤੇ ਅੰਦਰ ਜਾਣ ਦੇ ਦਿਨ ਨੇ। ਅੱਬਾ ਜੀ ਬਾਹਰ ਟੁਰ ਜਾਵਾਂ, ਤੇਰੀ ਔਲਾਦ ਦੀ ਵਜ੍ਹਾ ਤੋਂ ਮੈਂ ਘਰੋਂ ਬਾਹਰ ਨਹੀਂ ਨਿਕਲ ਸਕਦਾ। ਕਿਉਂ ਜੀ? ਜਿੱਥੋਂ ਲੰਘਣਾ ਲੋਕੀ ਆਉਂਦੇ ਨੇ, ਆ ਜਾ ਰਿਹਾ ਵੀ ਉਧਾਰੀਏ ਦਾ ਅੱਬਾ, ਕੋਈ ਆਉਂਦਾ ਮੈਂ 500 ਲੈਣਾ, ਕੋਈ ਆਉਂਦਾ ਮੈਂ 1000 ਲੈਣਾ। ਤੇ ਪੁੱਤਰ ਕਿਹਦਾ ਹੈ? ਮੈਨੂੰ ਕੀ ਪਤਾ, ਮਾਫ ਕਰ ਦੇ, ਬਲੱਡ ਪ੍ਰੈਸ਼ਰ ਹੀ ਚਵਲ ਮਾਰ ਬੈਠਾ। ਉਹਦੇ ਲਈ ਕੀਤਾ ਕੀ ਜਾਂਚ ਕਰ, ਨਾ ਗੱਡੀ ਨਾ ਕਾਰ ਨਾ ਬੈਂਕ ਨਾ ਬੈਲੈਂਸ, ਉਹਨੇ ਮਸੂਮ ਨੇ ਲੋਕਾਂ ਕੋਲ ਉਧਾਰ ਹੀ ਮੰਗਣਾ ਹੈ ਨਾ। ਤੇ ਮੈਨੂੰ ਜਿਹੜਾ ਬੇਇੱਜ਼ਤ ਕਰਦਾ ਪੂਰੇ ਸ਼ਹਿਰ ਦੇ ਵਿੱਚ, ਕੀ ਤੁਹਾਨੂੰ ਬੇਇੱਜ਼ਤ ਕੀਤਾ? ਕੀ ਬੇਇੱਜ਼ਤ ਕੀਤਾ? ਤੇਰੀ ਵਜ੍ਹਾ ਤੋਂ ਵਿਚਾਰਾ ਆਪ ਚਾਚਾ ਬਿਸਤ ਹੁੰਦਾ ਫਿਰਦਾ ਹੀ। ਵਜ੍ਹਾ? ਉਹਦੇ ਸਾਰੇ ਦੋਸਤ ਯਤੀਮ ਨੇ, ਉਹ ਵਿਚਾਰਾ ਵਿੱਚ ਸ਼ਰਮਿੰਦਾ ਜਿਹਾ ਬੈਠਾ ਹੁੰਦਾ। ਬੱਚਾ ਨਾਲ ਯਾਨੀ ਉਹਦੀ ਇੱਜ਼ਤ ਦੀ ਖਾਤਰ ਮੈਂ ਮਰ ਜਾ ਜਾ ਨਾ ਆਵੇ, ਜਦ ਦਫਾ ਜਾ ਕੇ ਆਪਣੇ ਘਰ ਕੋ ਕੰਮ ਕਰ। ਘਰ
काम तेरी औलाद नाल ते ओ ड्राइवर चंगा जेड़ा रम्मी बच्चे नु स्कूल ले जांदा ते शाम नु वैगन ले आंदा ए जदों ना मैं रिटायर होया ना हां ए दे ज़हन च मैं रिटायर हो गया ए ते शुक्र है मैं इस वेले वास्ते ओ वैगन ले ली सी केड़ी ओ टूटी भजी वैगन जिस स्कूल दे बच्चे बैंदे भी डरन दे आंदे इने कीता का मुड़ा आदत पै जांदी तेरी औलाद नाल तो चंगी ओ वैगन ते ठीक है वेचो मेरे पुत्तर नु वेच के वैगन पालो सानू सारे नु वेच के वैगन पालो वैगन तैनू वेच के टोयोटा ले आवां चंगा जे बचपन च मेरी किधरे टोयोटा नाल शादी होई हुंदी फिर बजाए गुण चुकण दे मैं उस बुआ खोल दो मेरे को चाबी खड़ी जांदी मैं कोई तार पांदा ओ टी टी करदी लोकी मैनू लित्तर मार दे सही हर चौंक च पुलिस वाले ने रोके हुंदा भाई अपनी बुड्ढी दे कागज दिखा मार खा के कहना माफी चाहना मेरे आले अगली गली च लगे मैं टैंकां दा काम करना बिलालगंज भेजे सी मैं के जाके तो पुराना सामान लाया बिलालगंज पुरानिया चीजा विकदिया ने लोकी खरीदे भी ने तेरा खालू किन्ने का विकेगा 36,000 ਵਾਰੀ ਮੈਂ ਤੈਨੂੰ ਸਮਝਾਇਆ ਮੈਂ ਸਮਝਿਆ ਆਪਣਾ ਰੇਟ ਦੱਸਣ ਦੇ ਮੈਂ ਵੀ ਇਹ ਸਮਝਿਆ ਐਸੇ ਗੱਲੋਂ ਮੈਂ ਪਰੇਸ਼ਾਨ ਸੀ ਵੀ 36,000 ਦਾ ਤੇ ਗਿੱਲਾ ਕਰਕੇ ਨਹੀਂ ਵਿਕਣਾ ਉੱਥੇ ਗਿੱਲੇ ਸੁੱਕੇ ਨਹੀਂ ਵਿਕਦੇ ਉੱਥੇ ਤੁਲ ਕੇ ਵਿਕਦਾ ਹੀ ਮੇਰਾ ਕੀ ਲੱਭਣਾ ਤੇਰਾ ਲੱਭ ਦੇ ਸੀ 3600 ਜਾ ਵੇਖ ਬਾ ਡਰਾਈਵਰ ਆਇਆ ਉਸ ਨੂੰ ਲੈ ਕੇ ਆ ਵਾਲ ਸਹੀ ਕਰਾ ਚਾਚਾ सारा दिन मेहनत कर दे ते तनखा पता कितनी दिती हो पता उसनू लैके आंदा चाचा चाचा ड्राइवर आया दसदा ते इंज जिवें जिन्ना आ गया ड्राइवर आया ड्राइवर ला सुनो कच्ची पेंसिल ना अस्सलाम अलैकुम नवा बनाया ए की फड़े चाचे ने ते विचो लंगणे दुर दुर मैं मदारी दा बच्चा बेवकूफ कहंदा चाचे ने विचो लंगणे आओ भला दुर दुर बेवकूफ इसरे बंदे दा दिल कर भी पैंदा हुंदा लंग ते जांदे हो ਕਿੱਥੇ ਗਿਆ ਸੀ ਜਿੱਥੇ ਗੱਲਿਆ ਸੀ ਬਿਲਾਲਗੰਜ ਗੱਲਿਆ ਸੀ ਤੈਨੂੰ ਆਹੋ ਤੇ ਉੱਥੋਂ ਹੀ ਆਇਆ ਮੈਂ ਕਦੋਂ ਗਿਆ ਪੈਨੋਰਾਮਾ ਤੋਂ ਆਇਆ ਮੈਂ ਤੇ ਲਾਇਆ ਪੁਰਾਣਾ ਸਮਾਨ ਇਹ ਨਵਾਂ ਇਹ ਤੇ ਐਡਾ ਪੁਰਾਣਾ ਇਹ ਤੇ ਵੈਗਨ ਵਿੱਚ ਲੱਗਣਾ ਹੀ ਨਹੀਂ ਇਸ ਲਈ ਲੈਣ ਦਾ ਲੈ ਕਿ ਤੁਹਾਡੀ ਬੇਗਮ ਦੇ ਕੰਮ ਆ ਜਾਏਗਾ ਹੈ ਉਹਨੇ ਕੀ ਉੱਤੇ ਘੜਾ ਰੱਖ ਕੇ ਕਾਂਜੀ ਵੇਚਣੀ ਲੱਖ ਦੀ ਲਾਨਤ ਹੈ ਬੇਵਕੂਫ ਬਕਵਾਸ ਕਰਦਾ ਨਾ ਲੱਗ ਤੂੰ ਵੀ ਬਕਵਾਸ ਕਰ ਕਾਂਜੀ ਵੇਚਣੀ ਅਗਲੇ ਭਾਵੇਂ ਕੱਚੀ ਲੱਸੀ ਵੇਚਣੀ ਹੋਵੇ चौधरी लिखिया चिड़ा उंज बनिया चवल जा पता पुता इन है ही नहीं पता नहीं बनिया नहीं तुहाडी फोटो लगी मैं पूछना कैसी चल रही है वैगन ऐसी चल रही है थां थां ते जुत्तियां पहन लिया मैनूं तुहाडी वैगन दी वजह तों क्यों जी बेड़े करे घोए पेने टुटी भज्जी वैगन पाकिस्तान बनन तों पहले दी अगले कहंदे इहदे च इंसान दे बच्चे स्कूल लै के जांदा इहदे च कुत्ते दे बच्चे खड़ने चाहीदे ने ते तूं विच बैठा नहीं हुंदा ओ लोकी क्यों ऐ मिसाल दिंदे ने जिहो जी तुहाडी गड्डी ओहो जिहियां मिसालां मिलदियां ने कल कतल पै चला सी मेरे ते गड्डी दी वजह क्यों जी ओ सारी हिलजुल गड्डी इह चलदी सारा लगदा पता नहीं की हो गया एक बुजुर्ग औरत नु मैं बा लिया अच्छा मैं गड्डी चलाई है गड्डी हिली है उन्हें क्या हाय जलजला उठे ही मर गई आज असी जो है वीडियो देखी है हॉट पॉट स्टेज ड्रामा विचो ते असी फर्स्ट टाइम इस ड्रामे दा पार्ट 1 देखया है सानू ते बहुत ही अच्छा लगा मम्मी तुहानू सब तो अच्छा कौन सा लगा कैरेक्टर मासी
मासी मैं खालू बहुत अच्छा लगा, उन्हें टाइमिंग बहुत अच्छी सी मैं तुल के बेचोगे ता भी छत्ती जा जो ड्रामे की वीडियो देखी है हॉट पॉट स्टे ड्रामा सानू ते बहुत ही मजा आया। और तुहाड़ा केड़ा फेवरेट कैरेक्टर सी? खालू भी सी, मासी भी अच्छी सी। मासी अच्छी सी, मैंने तो खालू पटोला अच्छे लगे। पटोला बन के आई है मैं। दोनों की जो कॉमेडी थी टाइमिंग सी वो बहुत ही बढ़िया। सानू ते बड़ा मजा आया, तुहानू कितना मजा आया सानू नीचे कमेंट सेक्शन में जरूर दसना जी। साड़ी वीडियो नु लाइक करो, साड़े चैनल नु भी सब्सक्राइब करना जी। सच